मैं बोलूंगा तेरे को डायलॉग गली दो एंजल एक मम्मी मम्मिया भी दो ही है एक मम्मी दो ही एंजल दो ही मम्मी बहुत क्यूट पुत है दूसरी तीसरी वारी लंगूर है गप्पा मरिया था गप्पा। गुड मॉर्निंग एवरीवन। तो आज शूट है अपना, जाना तो शूट ते मैं है, पर इधर जनाब होनी उठ भी पे है, ते उठ के डेली वाला काम जिहड़ा उठ के कर दिया, ते देखो कितना खुब्बा पिया वा, ते टाइम मैं तुहानू दिखा देवां, ते आ देखो इधर कार्टून मतलब चल पिया सौदा, टाइम हले होया वा मॉर्निंग 4:15। मतलब मैं सोचा कि मैं 5 बजे निकलूँगा, तो 8 बजे तो पहला 7:30 बजे तक मैं उत्थे पहुँच जाना, कुराली भी लागे शूट है, तो इनू पता नहीं कि काली आई उठ के बह गया नाल ही, तो ला दो मेरे कार्टून आ हाल है जवाकों के, साढ़े जवाक भी इदा करते कि साढ़े ही अनोखे जम्मे है कुछ कह लो। नाश्ता रेडी है, ब्रेड आमलेट बनाए हैं मैं अपने हाथी, तो तीवी मेरी ने समान कट के दिता। यम्मी 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 बने लगते हैवी माहौल। मैं क्या किया है 4 अंडे पाए, 2 अंडे का आमलेट डॉक्टर साहब, 2 ब्रेड, मैं तो नहीं डोदा 12-1 बजे तो हूँ खा ला मुड़ के खा दे। तो फाइनली आप रेडी हो गए हैं जाने लिए शूट से, तो तैयारियां हो गई, तो प्रताप खेल कर रहा, तो आप चले हैं, तो आ चेनी डायरेक्टर ने कहा इन्हें दिल से सोचो भी पता नहीं की पाई फिरता कहना लै ना, तो मैं गले की पा ली है, तो निकलते हैं मिलते हैं शूट दिखाने सूँ कि चलता, तो आओ पहुँचते हैं शूट से। चलो ओके जी फाइनली आप चले हैं, बाय बाय राजू, बाय बाय। चंगा ध्यान ना नहीं जावा, मैं नहीं जाना ध्यान, मैं नहीं जाना ध्यान, निकल लगे हैं घरों बाहर। ਵਾਹਿਗੁਰੂ ਸੱਚਾ ਪਾਤਸ਼ਾਹ ਬਾਬਾ ਕਰੀ ਕਿਰਪਾ, ਇਹਨਾਂ ਨਾਲ ਵਾਹਿਗੁਰੂ ਬਾਬਾ ਜੀ ਕਿਰਪਾ ਕਰਿਓ। ਲਓ ਜੀ ਅਕਸਰ ਜਿਹੜੇ ਦੋਸਤਾਂ ਨੂੰ ਮੈਂ ਕਹਿੰਦਾ ਹੁੰਦਾ, ਜਿਹੜੀਆਂ ਲੇਟ ਨਵੇਂ ਆਰਟਿਸਟ ਹੈਗੇ ਜਿਹੜੇ ਸਿਰਫ ਟਿਕਟੋਕ ਤੋਂ ਜਾਂ ਕਹਿ ਲਓ ਕਿ ਆਰਟਿਸਟ ਐਜ਼ ਏ ਆਰਟਿਸਟ ਨਿਕਲੇ ਆ, ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਮੇਰੀਆਂ ਸ਼ਾਰਟ ਫਿਲਮਾਂ 'ਚ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਆ, ਤਾਂ ਤੁਸੀਂ ਇੱਦਾਂ ਇੱਦਾਂ ਕਰਕੇ ਤੁਸੀਂ ਉੱਥੇ ਪਹੁੰਚੋ ਹੈ ਨਾ। ਉਹ ਕਹਿਣਗੇ ਸਰ ਇੱਧਰ ਸਾਡੇ ਪਿੰਡਾਂ ਲਈ ਕਿਤੇ ਸ਼ੂਟ ਕਰ ਲੈਂਦੇ, ਸਾਡੇ ਏਰੀਏ 'ਚ ਨਹੀਂ ਕਿਤੇ ਹੋ ਸਕਦਾ। ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਮੈਨੂੰ ਤਕਰੀਬਨ 20 ਸਾਲ ਹੋ ਗਿਆ ਹੁਣੇ ਐਕਟਿੰਗ ਫੀਲਡ ਦੇ ਵਿੱਚ ਕੰਮ ਕਰਦੇ ਨੂੰ, ਆਪ ਤੁਹਾਡੇ ਸਾਹਮਣੇ ਕਿਹੋ ਜਿਹੇ ਰਸਤਿਆਂ ਵਿੱਚ ਦੀ ਜਾ ਕੇ ਮੈਂ ਉਹਨਾਂ ਲੋਕੇਸ਼ਨਾਂ 'ਤੇ ਪਹੁੰਚ ਰਿਹਾ ਜਿੱਥੇ ਉਹਨਾਂ ਨੇ ਮੈਨੂੰ ਬੁਲਾਇਆ। ਤਾਂ ਸ਼ੂਟ ਇੱਦਾਂ ਹੀ ਹੁੰਦੇ ਆ, ਔਰ ਜਿਹੜੇ ਜੇ ਨਵੇਂ ਕੋਈ ਕੁੜੀਆਂ ਜਾਂ ਮੁੰਡੇ ਜਿਹੜੇ ਚਾਹੁੰਦੇ ਹੋਣਗੇ ਕਿ ਅਸੀਂ ਵੀ ਯਾਰ ਐਕਟਿੰਗ ਫੀਲਡ ਜੁਆਇਨ ਕਰਨੀ ਹੈ, ਅਸੀਂ ਕੁਛ ਸਿੱਖਣਾ ਹੈ, ਜੋ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ, ਮੇਰੇ ਨਾਲ ਕੰਮ ਕਰਨਾ ਚਾਹੁੰਦੇ ਆ, ਤਾਂ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਮੇਰੇ ਫੇਸਬੁੱਕ ਪੇਜ 'ਤੇ ਜਾਂ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰੋ, ਆਪਣੀਆਂ ਫੋਟੋਗ੍ਰਾਫ ਸੈਂਡ ਕਰੋ, ਅਤੇ ਆਪਾਂ ਇਕੱਠੇ
ਅਸੀਂ ਕੰਮ ਕਰਾਂਗੇ ਤੇ ਪਰ ਤੁਹਾਨੂੰ ਆਉਣਾ ਪੈਣਾ ਤੁਹਾਨੂੰ ਟਾਈਮ ਦੇਣਾ ਪੈਣਾ ਆ ਬਿਨਾਂ ਜੇ ਤੁਸੀਂ ਟਾਈਮ ਨਹੀਂ ਦਿਓਗੇ ਤਾਂ ਫਿਰ ਨਹੀਂ ਹੋਣਾ ਕੰਮ ਜਿੱਥੇ ਮੇਰੀ ਲੋਕੇਸ਼ਨ ਹੋਊਗੀ ਤੁਹਾਨੂੰ ਉੱਥੇ ਆਉਣਾ ਪੈਣਾ ਅਤੇ ਤੁਸੀਂ ਸਿੱਖ ਸਕਦੇ ਆ ਮੇਰੇ ਨਾਲ ਕੰਮ ਕਰਕੇ ਬਲੌਗ ਇੱਕ ਅਲੱਗ ਚੀਜ਼ ਹੈ ਸ਼ੋਰਟ ਫਿਲਮਾਂ ਮੈਂ ਬਣਾਉਂਦਾ ਰਹਿੰਦਾ ਮੇਰੇ ਨਾਲ ਕੰਮ ਕਰਨਾ ਚਾਹੋ ਤਾਂ ਰਲ ਸਕਦੇ ਆ ਨਾਲ ਇਹ ਮੈਂ ਗੱਲ ਕਹਿਣੀ ਸੀਗੀ ਇਹ ਦੇਖ ਲਓ ਮੈਂ ਆਪ ਪਹੁੰਚ ਰਿਹਾ ਅਤੇ ਸਵੇਰ ਦੇ 8 ਵੱਜ ਗਏ ਆ ਮੈਂ 5:30 ਵਜੇ ਦੇ ਕਰੀਬ ਮੈਂ ਘਰੋਂ ਨਿਕਲਿਆ ਸੀ ਲਓ ਜੀ ਪਹੁੰਚ ਗਏ ਹਾਂ ਲੋਕੇਸ਼ਨ 'ਤੇ ਪਰ ਬੜਾ ਔਖਾ ਹੋ ਗਿਆ ਲੱਭਿਆ ਆਇਆ ਪਿੰਡ ਇਹ ਸਾਡੇ ਡਾਇਰੈਕਟਰ ਸਾਹਿਬ ਆ ਗੌਰਵ ਭਾਅ ਜੀ ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਇਹ ਕਰ ਰਹੇ ਨੇ ਡਾਇਰੈਕਟ ਅੱਜ ਦੇ ਇਸ ਪ੍ਰੋਜੈਕਟ ਨੂੰ ਬਾਕਮਾਲ ਸਟੋਰੀ ਹੈ ਔਰ ਅਸਲੀਅਤ ਦੇ ਬਹੁਤ ਨੇੜੇ ਆ ਔਰ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਅਸਲੀਅਤ ਦੇ ਨਾਲ ਰਿਲੇਟ ਕਰਦੀਆਂ ਬਾਕੀ ਕਾਲਪਨਿਕ ਮਸਾਲੇ ਪਾਏ ਜਾਂਦੇ ਪਰ ਇਹ ਹੈ ਹੀ ਅਸਲੀਅਤ ਵੀਰ ਜੀ ਉਹਨਾਂ ਨਾਲ ਮਿਲੇ ਹੋਏ ਸੀ ਮੇਰਾ ਵੀਰ ਹੈ ਨਰਿੰਦਰ ਅਤੇ ਡਾਕੂਆਂ ਦਾ ਮੁੰਡਾ 2 ਹੈ ਨਾ ਡਾਕੂਆਂ ਦਾ ਮੁੰਡਾ 2 ਫਿਲਮ ਦੀ ਮੀਟਿੰਗ ਸੀਗੀ ਤਾਂ ਇਹ ਉਹਦੇ ਚੀਫ ਏ ਡੀ ਸੀ ਨਾ ਐਸੋਸੀਏਟਡ ਡਾਇਰੈਕਟਰ ਸੀਗੇ ਤਾਂ ਅੱਜ ਅਸੀਂ ਉੱਥੇ ਮਿਲੇ ਸੀਗੇ ਔਰ ਦੂਜੀ ਗੱਲ ਵੱਡੀ ਗੱਲ ਜਿਹੜੀ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਫੈਨ ਹੋ ਜਾਣਾ ਤੁਸੀਂ ਕਿਸੇ ਦੇ ਮੁਰੀਦ ਹੋ ਜਾਣਾ ਇਹ ਸਾਈਂ ਜੀ ਨਕੋਦਰ ਬਾਬਾ ਬਰਾਸ਼ਾ ਦਰਬਾਰ ਦੇ ਬੜੇ ਸ਼ਰਧਾਲੂ ਨੇ ਔਰ ਅਸੀਂ ਵੀ ਉੱਥੇ ਹੀ ਪਲੇ ਹਾਂ ਉਹਨਾਂ ਦੀ ਕਰਕੇ ਹੀ ਇੱਥੋਂ ਤੱਕ ਹਾਂ ਅਤੇ ਸਾਡਾ ਆਪਸ 'ਚ ਉੱਥੇ ਵੀ ਮੋਹ ਪਿਆ ਅਤੇ ਵੀਰ ਉਹਨਾਂ ਨੇ ਯਾਦ ਕੀਤਾ ਔਰ ਪਰਮਾਤਮਾ ਕਰੇ ਇਹਨਾਂ ਦੀਆਂ ਉਮੀਦਾਂ 'ਤੇ ਆਪਾਂ ਘਰੇ ਉਤਰੀਏ ਅਤੇ ਦੇਖੋ ਤੁਸੀਂ ਵੀ ਇੰਜੋਏ ਕਰੋ ਸ਼ੂਟ ਨੂੰ ਜ਼ਿਆਦਾ ਨਹੀਂ ਦਿਖਾਵਾਂਗੇ ਜ਼ਿਆਦਾ ਤੁਸੀਂ ਜਦੋਂ ਇਹ ਫਿਲਮ ਆਊਗੀ ਸ਼ੋਰਟ ਫਿਲਮ ਹੈ ਉਦੋਂ ਦੇਖਿਓ ਹਲਕੀਆਂ ਝਲਕੀਆਂ ਤੁਹਾਨੂੰ ਜ਼ਰੂਰ ਵਿੱਚ ਦਿਖਾਵਾਂਗੇ ਧੰਨਵਾਦ ਥੋੜ੍ਹਾ ਜਿਹਾ ਲੰਮਾ ਹੋ ਗਿਆ ਕਿੰਨਾ ਨਾ ਹੈ ਪਰ ਮੋਟਾ ਨਹੀਂ ਹੋਇਆ ਹੈ ਨਾ ਉਗੋ ਹੈ ਨਾ ਦੱਸ ਦੇ ਲੋਕ ਪਤਲੇ ਹੋਣ ਫਿਰਦੇ ਜਦੋਂ ਆਪਣੇ ਬੱਚੇ ਹੋਣ ਰਾਜੀ ਸੋਹਣੇ ਲੱਗਦੇ ਆ ਵੀ ਹਾਂ ਹੈ ਨਾ ਵੀ ਰਾਜੀ ਹੋ ਮਾੜਾ ਜਿਹਾ ਕਹਿਣਾ ਖਾਂਦੇ ਪੀਂਦੇ ਲੱਗੇ ਤੂੰ ਬੜੇ ਲੰਬੇ ਸਮੇਂ ਬਾਅਦ ਸਾਡੇ ਮੇਲੇ ਹੋਏ ਆ ਇਹ ਵੱਧ ਗਈ 4-5 ਇੰਚ ਤਾਂ ਨੂੰ ਹੈ ਨਾ ਸਾਡਾ ਪੁੱਤ ਵਾ ਇਹ ਚੁੱਪ ਕਰੋ ਵੀਡੀਓ ਬਣਾ ਲਾ ਕੱਟਣੀ ਪੈਣੀ ਅੱਛਾ ਗੱਲ ਇਹ ਹੈ ਕਿ ਲੰਬੇ ਸਮੇਂ ਬਾਅਦ ਮਿਲੇ ਹਾਂ ਸਾਡੀ ਧੀ ਰਹਿਣੀ ਆ ਔਰ ਜਿੰਨੀ ਵਧੀਆ ਇਹ ਆਰਟਿਸਟ ਆ ਉਨੀ ਕਿਊਟ ਇੱਕ ਨਾ ਫੈਮਲੀ ਯਾਰ ਕਹੀਂ ਗੱਪ ਬਹੁਤ ਪਾਉਂਦੇ ਨੇ ਪਾਰਕ ਦੇ ਵਿੱਚ ਉਦੋਂ ਉਹ ਹਲੇ ਆਪਾਂ ਵੀ ਨਵਾਂ ਨਵਾਂ ਬਣਿਆ ਸੀ ਨਾ ਅਤੇ 1 May 2 ਦੇ ਵਿੱਚ ਅਸੀਂ ਬਹੁਤ ਗਾਂਹ ਪਾਇਆ ਅਤੇ ਸਾਡਾ ਭਤੀਜਾ ਨਹੀਂ ਹੋਣਾ ਇੱਥੇ ਆਇਆ ਨਹੀਂ ਤਾਂ ਉਹਨੂੰ ਵੀ ਬੁਲਾਉਣਾ ਸੀ ਉਹ ਵੀ ਸ਼ੈਤਾਨ ਦੀ ਟੁੱਟੀ ਜਿੱਦਾਂ ਆਪਣੇ ਪਰਮੀਤ ਹੋਣੀ ਆ ਉੱਦਾਂ ਹੀ ਆ ਅਤੇ ਲੰਬੇ ਸਮੇਂ ਬਾਅਦ ਮਿਲੇ ਹੋਏ ਭਾਬੀ ਆ ਨਾਲ ਅਤੇ ਸਾਡਾ ਵੀਰ ਵਿਕਰਮ ਉਹਨਾਂ ਦੇ ਮਿਸਿਜ ਨੇ ਅਤੇ ਉੱਧਰ ਭੈਣ ਜੀ ਉਹਨੇ ਅਸੀਂ ਨਾ ਮਿਲੇ ਸੀਗੇ ਉੱਥੇ ਪੰਜਾਬ ਸਿੰਘ ਦੀ ਸ਼ੂਟ ਹੋਣ ਤਾਂ ਮੈਂ ਵੀ ਬੁੱਢਾ ਹੋ ਗਿਆ ਅਤੇ ਹੋਈ ਅਲੱਗ ਅਲੱਗ ਆਹੋ ਸੱਚ ਦੇਖ ਲਓ ਹੈ ਨਾ ਇਹਨਾਂ ਨੂੰ ਕੋਈ ਫਰਕ ਨਹੀਂ ਅਸੀਂ ਸਿਆਣੇ ਹੋ ਗਏ ਆ ਅਤੇ ਦੇਖ ਲਓ ਬੁਰਾ ਹੈ ਉੱਦਾਂ ਹੀ ਦੇਖ ਲਿਓ ਖੋਲ੍ਹ ਕੇ ਯੂਟਿਊਬ ਦੇ ਉੱਤੇ ਪੰਜਾਬ ਸਿੰਘ ਹੈਗੀ ਆ ਅਤੇ ਤੁਸੀਂ ਦੇਖ ਲਓ ਐਂ ਹੀ ਦੱਸੋ ਉੱਥੇ ਵੀ ਹੈਂ ਬਾਕੀ ਉਦੋਂ ਪਹਿਲਾਂ ਸਾਡੇ ਉਦੋਂ ਮੇਲੇ ਨਹੀਂ ਹੋਏ ਸੀ ਅਸੀਂ ਕੀਤੀ ਸੀਗੀ ਵੰਸ ਅਪਨ ਏ ਟਾਈਮ ਅੰਮ੍ਰਿਤਸਰ ਅਤੇ ਉਦੋਂ ਸਾਡੇ ਪਰ ਮੇਲੇ ਨਹੀਂ ਸੀ ਹੋਏ ਉਸ ਕਿਉਂਕਿ ਅਲੱਗ ਅਲੱਗ ਸ਼ੋਟ ਹੁੰਦੇ ਸਾਰੇ ਆਰਟਿਸਟਾਂ ਦੇ ਅਤੇ ਵਧੀਆ ਚਲੋ ਇੱਕ ਹੋਰ ਪਲੱਸ ਪੁਆਇੰਟ ਹੋਇਆ ਅੱਜ ਦੀ ਸ਼ੂਟ 'ਤੇ ਵੀ ਸਾਡੇ ਮੇਲੇ ਹੋ ਗਏ ਲਓ ਸੈਟਅਪ ਲੱਗ ਗਿਆ ਆ ਸੈੱਟ ਲੱਗ ਗਿਆ ਟਰੈਕ ਲੱਗ ਗਿਆ ਮੰਜੇ ਡਾਹ 'ਤੇ ਆ ਅਤੇ ਸ਼ੋਟ ਲੱਗਾ ਹੋਣ ਸਾਡੀ ਐਂਜਲ ਦਾ ਅਤੇ ਨਾਲ ਸਾਡੇ ਮੈਡਮ ਆ ਦੇਖ ਲਓ ਮਾਹੌਲ ਇੱਦਾਂ ਹੁੰਦੇ ਸ਼ੂਟ ਉਹ ਉੱਪਰ ਲਾ ਕੇ ਆਏ ਸਕਿਮਰ ਛਾਂ ਕਰਨ ਨੂੰ ਤੂੰ ਰੰਗ ਪੁਰ ਕਿਹੜੇ ਇਹ ਸੈਟਅਪ ਸਾਰਾ ਕਰ ਹਟਿਆ ਸ਼ੋਟ ਇਹ ਕੈਮਰਾ ਸੋਨੀ ਦਾ ਆਇਆ ਜੀ ਅੱਛਾ ਹੀ ਕੁਆਲਿਟੀ ਹੈ ਇਹਦੀ ਵੀ ਅਤੇ ਇੱਧਰ ਸੈੱਟ ਸੀਗਾ ਇੱਧਰ ਲੰਗਰ ਬਣਿਆ ਮਾਹੌਲ ਛਾਂ ਅਗਲੇ ਸ਼ੋਟ ਦੀ ਤਿਆਰੀ ਹੋ ਰਹੀ ਹੈ ਹੁਣ
इस घर का मतलब एक दो सीन जोड़े है उदो बाद फिर अपने वाला होना आ मैं तड़के गया वा टाइम ना आ गया मतलब पहला बुला लिया तो हूँ उधर फिर शॉट होगा इदा का मसला नहीं सी झुंड कढ़ के बैठे पुराने तरीके का बनया हुआ घर दिखा सुन बहुत खूबसूरत तरीके दे नाल छतां ये वॉल 13 इंच दियां कंधां आ देखो जिस घर च आप शूट कर रहे हैं ना ये वो घर का व्यू आ अंदरला सामने गेठी बनी हुई है आ देखो ताकियां बनिया हुई ने ओल्ड तरीके दे नाल सेंटर दे विच देखो भी आ डाट जी बनी हुई है बाले आ सेंटर से बेड लाया हुआ है इधर इधरले पासे बाहर बाहर गली वालू रस्ता है बड़ा ही प्यारा और ठंडा इन्ना आ भी गल ए सी तू भुल जाओ तुम कूल इन्ना आ छत ठंडिया ने बाहरों हीट नहीं आती बहुत ठंडा आ घर का माहौल बड़ा प्यारा माहौल है ठंडा बहुत वधिया तरीके बनया हुआ कंधा भी देखो तुम 9 इंच की मोस्टली कंधा 9 इंच दियाँ होंदिया 13 इंच दियाँ कंधा ने बारे पासों हीट भी नहीं आती बड़ा प्यारा बनया हुआ घर ये सोहना लगता इतना घर मैं इतने बैठते रेस्ट कर रहे हैं जो सान होगा वो सीन शूट करा गया बच्चे सत श्रीकाल बोलो सत श्रीकाल की नाम है तुहाडा हाँ जी की नाम है जपनूर जपवीर तेरा रणवीर रणवीर तू कि क्लास पढ़ना सैकेंड जे तू तो तू तो पढ़ना नहीं है ना गप्पा मारी जाता गप्पा मारी जाता स्कूल तो लगते ही नहीं कि स्कूल तो लगते ही नहीं गे इनू वे कि पढ़ता ना तू ही पढ़ता मैं पता चलो खेलो शॉट आ गया मुंडिया का ये बच्चे इन्हों के आ जिन्हें घर आप शूट कर रहे हैं तो यह भी एक छोटा जहा सीन इन्हों का भी है इस शॉर्ट फिल्म के जिहड़ा फिल्म का टाइटल हैगा चीस वो चीस की है किस चीज़ की चीस है की है माहौल वो प्रॉपर जिहड़ा तुसीं इस शॉर्ट फिल्म नूं देखोगे आफ्टर फेस्टिवल ये यूट्यूब पर आऊगी तो फिर तुसीं दस्सिओ तुहानूं किवें लगी ये फिल्म लो जी हो गया काम शुरू इधर लौंग लश्कर कुड़ी है इधर यस साढ़े डायरेक्टर साहब ये भी डायरेक्टर ही है अपकमिंग डायरेक्टर है सर ये सारे डायरेक्टर ही होंगे क्यों भाजी ये गल सच्ची है ना जेडे असिस्टेंट होंगे वो कल दे एक शार्प डायरेक्टर होंगे क्योंकि हौली 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 असी भी इदा नाल दिहाड़ी दप्पा बनाने असिस्टेंट की फिल्म तो उदो बंदा यही चीज़ा सीखता टैक्नीकल डिफिकल्टियां है ना टीम दे काम जी तरीका बाकमाल तरीका लगे और पता लगूगा तुहानू जदों आऊगी फिल्म शॉर्ट दे लवां आगे आवाज पै गई है इतने भी शूट हो रहा है साढ़े DOP साहब
ਬੀਹਣ ਮੌਜਾਂ ਕਿ ਨਹੀਂ ਆ ਬਾਸੀਆਂ ਲੈਣ ਦਈਆਂ ਬੈਠੀਆਂ ਹੈ ਜ਼ਿਆਦਾ ਖਾ ਲਈ ਅਬ ਕਹਿੰਦੀ ਰੋਟੀ ਜ਼ਿਆਦਾ ਖਾ ਲਈ ਤਾਂ ਕਰਕੇ ਉਹ ਨੀਂਦ ਆਉਂਦੀ ਆ ਹਾਂ ਸਭ ਤੋਂ ਵੱਡੀ ਗੱਲ ਹੈ ਲੱਸੀ ਜਿਹੜੀ ਜ਼ਿਆਦਾ ਉਹ ਹੋਈ ਆ ਸੁਸਤੀ ਹੈਨਾ ਹੁਣ ਇੱਦਾਂ ਆ ਵੀ ਸੋ ਜੀ ਹਾਂ ਤੂੰ ਬੈੱਡ ਦੇ ਉੱਤੇ ਬੈਠਾ ਤੂੰ ਤੇ ਪਰਾਂ ਨੂੰ ਡੇਗਾ ਪੋ ਨਹੀਂ ਮੈਂ ਸੋ ਫੜੀ ਐ ਕੋਈ ਪਾਰ ਨੇ ਅਪਲੈਰੀ ਸਾਰੇ ਮੈਡਮ ਵੇਖਵਾਏ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਇਹ ਹੁਣ ਵਿਹਲਾ ਬੰਦਾ ਕੀ ਕਰੇ ਲੱਕ ਲੁੱਕ ਤਾਂ ਸਿੱਧਾ ਪਤਾ ਹਾਂ ਕੰਮ ਨੂੰ ਹੁਣ ਕੀ ਉੱਥੇ ਬਾਹਰ ਪਸ਼ੂ ਆ ਇਹਨਾਂ ਦੇ ਫਤਿਹ ਪਾਣੀ ਪੂਣੀ ਢਾਲੋ ਪਾਣੀ ਪੂਣੀ ਪਾ ਬਿਡਾ ਆ ਉਹ ਹੋਰ ਦੇਖੋ ਜਨੂ ਮੈਂ ਪਾਣੀ ਪੂਣੀ ਢਾ ਕੇ ਆ ਰਹੀਆਂ ਤੇ ਜਨੂ ਤੁਸੀਂ ਕਰੋ ਸ਼ਾਟ ਆਓ ਚਾਹ ਪਾਣੀ ਨਾ ਬਣਾ ਵਾ ਨਹੀਂ ਚਾਹ ਪਾਣੀ ਪਾ ਵੀ ਥੋੜਾ ਪੀਤਾ ਸਰ ਤਾਂ ਚਾਹ ਵੀ ਪੀਤੀ ਤੇ ਕਾਫੀਆਂ ਵੀ ਪੀਤੀਆਂ ਠੰਡੀਆਂ ਪਾ ਦੇ ਭਾਬੀ ਕੋਲਡ ਕਾਫੀਆਂ ਵੀ ਬਹੁਤ ਪੀਤੀਆਂ ਚਲ ਤੂੰ ਵੀ ਕੁਝ ਬੋਲ ਕੁਛ ਬੁੱਢਾ ਬੋਲ ਕੁਛ ਲੈ ਅਗਲੀ ਜੀ ਉਹ ਆਲੂ ਬੁਖਾਰੇ ਖਾਂਦੀ ਹੈ ਚੱਲ ਬੋਲ ਕੁਛ ਗਿੱਧਾ ਬਹੁਤ ਸੋਹਣਾ ਪਾਉਂਦੀ ਹੈ ਜੇ ਗੂੰਗੀ ਹੈ ਤਾਂ ਕਰਦੇ ਚਾਚਾ ਵਿਲਨ ਭਤੀਜੀ ਹੀਰੋਇਨ ਢਾਬਾ ਵੀ ਖੋਲ ਕੇ ਦੇਖ ਲਿਆ ਪਰੌਂਠੇ ਵਾਲਾ ਕੰਮ ਕੀ ਕਰਕੇ ਦੇਖਿਆ ਚੱਲਿਆ ਨੀ ਬਹੁਤ ਨੁਕਸਾਨ ਕਰਾਇਆ ਮੈਨੂੰ ਉੱਥੇ ਕਹਿੰਦੇ ਹੁੰਦੇ ਜਿਹੜੇ ਪਛਾਣ ਜਾਂਦੇ ਹੁੰਦੇ ਭਾਜੀ ਪਰੌਂਠਾ ਕਿਨੇ ਦਾ ਮੈਂ ਕਿਹਾ ਹੁਣ ਤੀਆਂ ਦਾ ਕੋਸਟਿਊਮ ਚੇਂਜ ਕਰ ਲੈਂਦੇ ਵੀ ਹੁਣ ਮੌਜਾਂ ਕਿ ਨਹੀਂ ਆਹ ਬਾਸੀਆਂ ਲੈਣ ਦਈਆਂ ਬੈਠੀਆਂ ਹੈਂ ਜ਼ਿਆਦਾ ਖਾ ਲਈ ਅਬ ਕਹਿੰਦੀ ਰੋਟੀ ਜ਼ਿਆਦਾ ਖਾ ਲਈ ਤਾਂ ਕਰਕੇ ਉਹ ਨੀਂਦ ਆਉਂਦੀ ਆ ਹਾਂ ਸਭ ਤੋਂ ਵੱਡੀ ਗੱਲ ਹੈ ਲੱਸੀ ਜਿਹੜੀ ਜ਼ਿਆਦਾ ਉਹ ਹੋਈ ਆ ਸੁਸਤੀ ਹੈਨਾ ਹੁਣ ਇੱਦਾਂ ਆ ਵੀ ਸੋ ਜੀ ਹਾਂ ਤੂੰ ਬੈੱਡ ਦੇ ਉੱਤੇ ਬੈਠਾ ਤੂੰ ਤੇ ਪਰਾਂ ਨੂੰ ਡੇਗਾ ਪੋ ਨਹੀਂ ਮੈਂ ਸੋ ਫੜੀ ਐ ਕੋਈ ਪਾਰ ਨੇ ਅਪਲੈਰੀ ਸਾਰੇ ਮੈਡਮ ਵੇਖਵਾਏ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਇਹ ਹੁਣ ਵਿਹਲਾ ਬੰਦਾ ਕੀ ਕਰੇ ਲੱਕ ਲੁੱਕ ਤਾਂ ਸਿੱਧਾ ਪਤਾ ਹਾਂ ਕੰਮ ਨੂੰ ਹੁਣ ਕੀ ਉੱਥੇ ਬਾਹਰ ਪਸ਼ੂ ਆ ਇਹਨਾਂ ਦੇ ਫਤਿਹ ਪਾਣੀ ਪੂਣੀ ਢਾਲੋ ਪਾਣੀ ਪੂਣੀ ਪਾ ਬਿਡਾ ਆ ਉਹ ਹਰਦੀ ਕੋ ਜਨੂ ਮੈਂ ਪਾਣੀ ਪੂਣੀ ਢਾ ਕੇ ਆ ਰਹੀ ਆ ਤੇ ਜਨੂ ਤੁਸੀਂ ਕਰੋ ਸ਼ਾਟ ਆਓ ਚਾਹ ਪਾਣੀ ਨਾ ਬਣਾ ਵਾ ਤੁਹਾਡਾ ਨਹੀਂ ਚਾਹ ਪਾਣੀ ਪਾ ਵੀ ਥੋੜਾ ਪੀਤਾ ਸਰ ਤਾਂ ਚਾਹ ਵੀ ਪੀਤੀ ਤੇ ਕਾਫੀਆਂ ਵੀ ਪੀਤੀਆਂ ਠੰਡੀਆਂ ਪਾ ਦੇ ਭਾਬੀ ਕੋਲਡ ਕਾਫੀਆਂ ਵੀ ਬਹੁਤ ਪੀਤੀਆਂ ਚਲ ਤੂੰ ਵੀ ਕੁਝ ਬੋਲ ਕੁਛ ਬੁੱਢਾ ਬੋਲ ਕੁਛ ਲੈ ਅਗਲੀ ਜੀ ਉਹ ਆਲੂ ਬੁਖਾਰੇ ਖਾਂਦੀ ਹੈ ਚੱਲ ਬੋਲ ਕੁਛ ਗਿੱਧਾ ਬਹੁਤ ਸੋਹਣਾ ਪਾਉਂਦੀ ਹੈ ਜੇ ਗੂੰਗੀ ਹੈ ਤਾਂ ਕਰਦੇ ਚਾਚਾ ਵਿਲਨ ਚਾਚਾ ਵਿਲਨ ਭਤੀਜੀ ਹੀਰੋਇਨ ਹਾਂ ਇਹ ਵੀ ਹੀਰੋਇਨ ਹੀ ਆ ਕਹਿੰਦੇ ਇੱਕ ਹੀਰੋਇਨ ਇੱਧਰ ਆ ਗਈ ਤੇ ਇੱਕ ਹੀਰੋਇਨ ਇੱਧਰ ਆ ਗਈ ਯੈਸ ਦੋ ਦੋ ਹੀਰੋਇਨਾਂ ਨਾਲ ਬੈਠੇ ਹੋਏ ਮਨੀ ਕਲਾ ਪਰੌਂਠਿਆਂ ਵਾਲੇ ਮੈਂ ਪਰੌਂਠਾ ਵੀ ਮੈਂ ਢਾਬਾ ਵੀ ਖੋਲ ਕੇ ਦੇਖ ਲਿਆ ਪਰੌਂਠੇ ਵਾਲਾ ਕੰਮ ਕੀ ਕਰਕੇ ਦੇਖਿਆ ਚੱਲਿਆ ਨੀ ਬਹੁਤ ਨੁਕਸਾਨ ਕਰਾਇਆ ਮੈਨੂੰ ਉੱਥੇ ਕਹਿੰਦੇ ਹੁੰਦੇ ਜਿਹੜੇ ਪਛਾਣ ਜਾਂਦੇ ਹੁੰਦੇ ਭਾਜੀ ਪਰੌਂਠਾ ਕਿਨੇ ਦਾ ਮੈਂ ਕਿਹਾ ਹੁਣ ਤੀਆਂ ਦਾ ਉਦੋਂ ਹਾਂਜੀ ਓਕੇ ਓਕੇ ਕੋਸਟਿਊਮ ਚੇਂਜ ਕਰ ਲੈਂਦੇ ਜੀ ਇਹ ਉਹ ਘਰ ਆ ਜਿਸ ਘਰ 'ਚ ਮੇਰੇ ਵਾਲਾ ਪਾਰਟ ਸ਼ੂਟ ਹੋ ਰਿਹਾ ਔਰ ਝੰਡਾ ਗੱਡੀ 'ਤੇ ਵੀ ਲੱਗਿਆ ਅਤੇ ਤੁਸੀਂ ਸਾਹਮਣੇ ਕੋਠੀ ਦੇ ਉੱਪਰ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਘਰ ਹੈ ਇਹ ਮੈਂ ਦੇਖੂੰਗਾ
ਨੇ ਕਿੱਥੇ ਚੜੀ ਬੈਠੀ ਆ ਭੇਡੋ ਹੁਣ ਲੰਗੂਰ ਆ ਸਾਰੇ ਬੰਦੇ ਵਿਹਲਾ ਬੰਦਾ ਸਤਿ ਸ਼੍ਰੀ ਅਕਾਲ ਜੀ ਹੁਣ ਦੱਸ ਕੀ ਕਹਿੰਦਾ ਸਰ ਮੈਂ ਇਹ ਕਹਿਣ ਲੱਗਾ ਸਰ ਨਾਲ ਜ਼ਿਆਦਾ ਵਿਹਲਾ ਬੰਦਾ ਵੇਖਣਾ ਤਾਂ ਤੁਹਾਨੂੰ ਕੈਮਰਾ ਘੁਮਾ ਕੇ ਬਾਈ ਦਿਖਾਉਂਦਾ ਦਿਖਾਏ ਵਿਹਲਾ ਬੰਦਾ ਸਰ ਨਾਲ ਕਾਬਲ ਕੇ ਹੈ ਉਹ ਆਦਮੀ ਕੌਣ ਹੈ ਯਾਰ ਹਾਂਜੀ 14 ਕੁ ਸਾਲ ਦਾ ਜੀ ਸਾਡੀ ਕਮਲੀ ਚੱਲ ਕਿੱਦਾਂ ਪੱਕਦਾ 1 2 3 ਪਿੱਛੇ ਹੋ ਕਪਾ ਪਿੱਛੇ ਹੋ ਬਾ ਉਹ ਦੂਜੇ ਵਾਲਾ ਸਟੈਪ 1 2 3 ਸਮਾਪਤੀ ਕਰਨੀ ਰੌਲਾ ਜ਼ਿਆਦਾ ਪਹਿਲਾਂ ਕੀਤਾ ਨਹੀਂ ਦੂਸਰੀ ਤੀਸਰੀ ਵਾਰੀ ਮਿਲੇ ਨਹੀਂ ਸੀ ਪਰ ਫਿਲਮ ਇਕੱਠੀ ਸੀਗੀ ਵੰਸ ਅਪਨ ਏ ਟਾਈਮ ਅਮਰੀਤ ਸਰ ਪੰਜਾਬ ਸਿੰਘ ਅਤੇ ਹੁਣ ਇਹ ਵਾਲੀ ਚੀਜ਼ ਉਹ ਚੀਜ਼ ਨਹੀਂ ਦਰਦ ਵਾਲੀ ਚੀਜ਼ ਇੱਕ ਹੁੰਦੀ ਆਪਾਂ ਫੋਟੋ ਕਰਵਾਉਣਾ ਕਹਿੰਦੇ ਚੀਜ਼ ਉਹ ਚੀਜ਼ ਇਹ ਚੀਜ਼ ਹੋਰ ਹਾਂ ਚੀਜ਼ ਦਰਦ ਦੁੱਖ ਪੇਨ ਹਾਂ ਹਾਂ ਵਧੀਆ ਗੱਲ ਕਹੀ ਹੈ ਨਹੀਂ ਮੈਨੂੰ ਆਰਡਰ ਨਹੀਂ ਦਿੱਤੀ ਸੀ ਕੋਈ ਹਾਂ ਅਤੇ ਹੋਰ ਕੋਈ ਗੱਲਬਾਤ ਜੀ ਉਹ ਰੈਡੀ ਆ ਝਾੜੂ ਲੈ ਕੇ ਹਾਂ ਦੇਖੋ ਇਹ ਗੁੜੀਆ ਜਿਹੜੀ ਆ ਆਂਟੀ ਜੀ ਕਹਿੰਦੇ ਆ ਇਹ ਬਾਹਰੋਂ ਆਈ ਹੋਈ ਆ ਔਰ ਮਾਤਾ ਜੀ ਇਹ ਪੂਰੇ ਗਾਉਂਦੀ ਆ ਹਾਂ ਦੇਖੋ ਇਹ ਬਾਹਰੋਂ ਆਈ ਹੋਈ ਆ ਔਰ 20 ਸਾਲ ਪੁਰਾਣੀ ਆ ਇਹ ਵੀ ਇਤਿਹਾਸ 20 ਸਾਲਾਂ 'ਚ ਨਿਆਣਾ ਜੰਮ ਕੇ ਤੂੰ 20 ਸਾਲ ਦੀ ਆ ਤਾਂ ਦੇਖ ਲੈ ਨਿਆਣਾ ਜੰਮ ਕੇ ਗੱਭਰੂ ਬਹੁਤ ਸੋਹਣੀ ਆ ਇੱਕ ਸਾਡੀ ਇਹ ਐਂਜਲ ਆਹਾ ਐਂਜਲ ਆਹਾ ਐਂਜਲ ਇਹ ਐਂਜਲਾਂ ਐਂਜਲਾਂ ਹੋ ਗਈਆਂ ਆਹ ਦੇਖ ਦੋ ਐਂਜਲਾਂ ਠੀਕ ਹੈ ਸਾਡਾ ਆਹੋ ਇੱਕ ਮੰਮੀਆਂ ਵੀ ਦੋ ਹੀ ਆ ਦੋ ਹੀ ਐਂਜਲਾਂ ਦੋ ਹੀ ਮੰਮੀਆਂ ਅਤੇ ਇਹ ਸਾਡਾ ਬਹੁਤ ਕਿਊਟ ਪੁੱਤ ਆ ਗਿੱਧੇ ਵਾਲੀ ਵੀਡੀਓ ਇਹਦੀ ਮੈਂ ਵਿੱਚ ਚਲਾਉਣਾ ਵਾ ਵਿੱਚ ਤੁਸੀਂ ਦੇਖਿਓ ਕਿੱਦਾਂ ਕਿੱਦਾਂ ਲੰਬ ਕੱਢਦੀ ਹੈ ਗਿੱਧੇ ਨੂੰ ਕਰਦੇ ਪੁੱਤ ਤੂੰ ਜੀਭਾਂ ਜੂਭਾਂ ਕੱਢੀਆਂ ਅੱਜ ਕੋਈ ਗੱਲ ਕਰ ਸੋਹਣੀ ਜੀ ਸੋਹਣੀ ਜੀ ਗੱਲ ਕਰ ਲੋਕੀ ਅਗਲੇ ਚਾਚੀ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਹੀ ਸੋ ਨਾਈਸ ਨਾ ਕੰਮ ਕੀਤਾ ਤੂੰ ਨਾਈਸ ਆ ਇਹ ਨਿੱਕੀ ਜਿਹੀ ਹੁੰਦੀ ਨਹੀਂ ਚੱਕੀ ਫਿਰਦੇ ਹੁੰਦੇ ਸੀ ਅਤੇ ਹੁਣ ਗੈਟ ਕਬੱਡੀ ਹੋ ਗਈ ਹੁਣ ਇਹ ਹੈ ਨਾ ਗੈਟ ਕਬੱਡੀ ਹੋਈ ਗਈ ਆ ਗੈਟ ਜ਼ਿਆਦਾ ਹੋਈ ਚਲੋ ਗੈਟ ਕ ਹੋਰ ਬਤਾ ਦਿਓ ਦੋ ਗੈਟਾਂ ਵੱਡੀਆਂ ਠੀਕ ਹੈ ਹੁਣ ਖੁਸ਼ ਨਹੀਂ ਤਿੰਨ ਗੈਟਾਂ 5 ਗੈਟਾਂ ਕਿੱਥੇ ਹੋਈਆਂ ਐਡੀ ਕੀ ਸੀਗੀ ਉਦੋਂ ਦੀ ਘਸੀ ਦੀ ਨਹੀਂ ਇਹ ਬਹੁਤ ਵਧੀਆ ਆਰਟਿਸਟ ਹੈ ਤੁਸੀਂ ਦੇਖਿਆ ਹੀ ਆ ਫਿਲਮਾਂ ਦੇ ਵਿੱਚ ਅਤੇ ਇਹ ਤਾਂ ਮੇਰੀਆਂ ਤਾਰੀਫਾਂ ਉੱਦਾਂ ਹੀ ਕਰੀ ਜਾਂਦੀ ਕਿਉਂਕਿ ਜਿਹੜੇ ਚਾਚੇ ਹੁੰਦੇ ਨਾ ਚਾਚਿਆਂ ਦੀਆਂ ਲਾਡਲੀਆਂ ਹੁੰਦੀਆਂ ਭਤੀਜੀਆਂ ਸੋ ਬਹੁਤ ਕਿਊਟ ਆਰਟਿਸਟ ਆ ਸਾਡਾ ਇਹ ਅਤੇ ਫਿਲਮ ਅਸੀਂ ਹੁਣ ਕਰਕੇ ਹਟੇ ਹਾਂ ਚੀਜ਼ ਅਤੇ ਬਹੁਤ ਵਧੀਆ ਕੰਸੈਪਟ ਔਰ ਬਹੁਤ ਪਿਆਰੀ ਐਕਟਿੰਗ ਕੀਤੀ ਅਤੇ ਹੋਰ ਕੋਈ ਗੱਲ ਤੂੰ ਕਹਿ ਦੇ ਫਿਰ ਹੁਣ ਬਸ ਕਰੀਏ ਆਪਾਂ ਬਸ ਹੋਰ ਕੋਈ ਗੱਲ ਨਹੀਂ ਸਾਡੇ ਸ਼ਾਰਟ ਰੈਡੀ ਹੋ ਗਿਆ ਸ਼ਾਰਟ ਅਗਲੀ ਇੱਕ ਫਿਲਮ ਲਈ ਵੀ ਗੱਲਬਾਤ ਚੱਲ ਪਈ ਆ ਤਾਂ ਆਪਾਂ ਉਹ 'ਚ ਵੀ ਹੁੰਦੇ ਹਾਂ ਇਕੱਠੇ ਅਤੇ ਦਿਖਾਵਾਂਗੇ ਤੁਹਾਨੂੰ ਸਾਡੇ ਨੂਰ ਦੀਆਂ ਸ਼ਰਾਰਤਾਂ ਅਤੇ ਨਾਲੇ ਖੱਪ ਖਾਣਾ
है ना। वाहेगुरु जी का खालसा, वाहेगुरु जी की फतेह। ਜਪਵੀਰ ਮੈਂ ਤੇ ਗੱਲ ਸੁਣਾ ਕੋਈ, ਆਹ ਮੁੰਡਾ ਜਿਹੜਾ ਨਾ ਬਹੁਤ ਸ਼ਰਾਰਤੀ ਆ ਤੇਰੇ ਆਦਿ। ਜਪ ਸੁਣਾ ਕੋਈ ਗੱਲ ਸੁਣਾ ਤੈਨ, ਹੈ ਇੱਧਰ ਸੁਣਾ ਕੋਈ ਗੱਲ। ਇੰਨੀਆਂ ਸ਼ਰਾਰਤ ਤੈਨੂੰ ਪਤਾ ਜਪ, ਤੇਰੇ ਕਿਆ ਭਤੀਜਾ ਮੇਰਾ, ਤੂੰ ਕਿੰਨੇ ਸਾਲਾਂ ਦਾ ਵਾ? ਮੈਂ 5 ਸਾਲ ਦਾ। ਉਹ ਵੀ 5 ਸਾਲ ਦਾ ਹੀ ਆ, ਹੈ ਇਹ ਜਪਵੀਰ ਆ ਮੁੰਡੇ ਦਾ ਨਾਂ। ਇਹਨਾਂ ਦੇ ਘਰ ਅਸੀਂ ਸ਼ੂਟ ਕੀਤਾ, ਇਹ ਰਾਤ ਵਾਲਾ ਸੀਨ ਔਰ ਦਿਨੇ ਵੀ ਕੀਤਾ ਸੀਗਾ, ਅਤੇ ਇਹਨਾਂ ਦੇ ਘਰ ਅਸੀਂ ਸ਼ੂਟ ਕੀਤਾ ਔਰ ਸਾਡਾ ਇਹ ਪ੍ਰੇਮ ਹੀ ਬਹੁਤ ਹੋ ਗਿਆ। ਤੈਨੂੰ ਮੇਰੇ ਨਾਲ ਹੀ ਚੱਲ ਚੱਲੀ ਜਾਣਾ, ਮੈਨੂੰ ਬਹੁਤ ਸ਼ਰਾਰਤੀ ਮੁੰਡਾ ਹੈ। ਲਓ ਜੀ, ਫਾਈਨਲੀ ਜਿਹੜਾ ਅੱਜ ਦਾ ਆਪਣਾ ਜਿਹੜਾ ਸ਼ੂਟ ਹੈ ਉਹ ਕੰਪਲੀਟ ਹੋ ਗਿਆ, ਆਪਾਂ ਵਿਹਲੇ ਹੋ ਗਏ ਹਾਂ, ਆਪਣੇ ਵਾਲਾ ਬੈਕਅਪ ਹੋ ਗਿਆ, ਹੁਣ ਇਹਨਾਂ ਦਾ ਕੰਮ ਹੋਰ ਟੀਮ ਦਾ ਹੋਊਗਾ ਕੰਮ, ਆਪਣੇ ਵੱਲੋਂ ਆਪਾਂ ਵਿਹਲੇ ਹੋ ਗਏ। ਸੋ ਤੁਸੀਂ ਇਸ ਵਲੌਗ ਨੂੰ ਇੰਜੋਏ ਕੀਤਾ, ਸਾਡੀ ਟੀਮ ਨੂੰ ਦੇ ਨਾਲ ਇੰਜੋਏ ਕੀਤਾ। ਸੋ ਅੱਜ ਦਾ ਵਲੌਗ ਇੱਥੇ ਆਪਾਂ ਸਮਾਪਤ ਕਰਦੇ ਹਾਂ ਔਰ ਅਗਲੇ ਵਲੌਗ ਦੇ ਵਿੱਚ ਕੁਛ ਨਵਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਆਪਣਾ ਧਿਆਨ ਰੱਖਿਓ, ਗੋਡ ਬਲੈਸ ਯੂ, ਅਤੇ ਲਵ ਯੂ ਸਰ। We'll be right back.